ना कि दादी लिखे दिया उनका अपनी अच्छी अच्छी आप भी है ना मतलब मैं मेरी मम्मी मेरी दादी ये है आहा मना नहीं ये ना इस चाचा ची भी ना हाँ ये ना फिर बाकी वो है ना चलिए भाई ये भी चलिए वो भी चलिए वो का है तेरे दिन का है तीन दिन दिन का है ਜਾ ਹਿੰਦੂ ਸਿੱਖ ਅੰਦਰ ਚਾਹੁੰਦੇ ਸੀ ਇਹਨੇ ਉੱਥੇ ਬੈਠੇ ਰਹਿਣਾ ਜਦੋਂ ਰਾਤ ਹੈਗਾ ਪੈਣੀ ਤੇ ਕੋਠੇ ਚੜ ਕੇ ਪੈ ਜਾਣਾ ਤਿੰਨ ਦਿਨ ਉੱਥੇ ਪੈ ਰਿਹਾ ਤੇ ਸਾਡੇ ਏਦਾਂ ਹੁੰਦਾ ਸੀਗਾ ਕਿਹਦਾ ਕਿਹਦਾ ਹੁੰਦਾ ਸੀ ਤਾਂ ਕਿਲੇ ਦੇ ਵਿੱਚ ਨਹੀਂ ਨਾ ਉਹ ਜਾਂਦੇ ਸੀ ਤੇ ਉੱਥੇ ਰਹਿ ਦਾਦਾ ਵੀ ਸਾਰੇ ਉੱਥੇ ਰਹਿ ਤਾਂ ਇਹ ਹੈਗਾ ਅਸੀਂ ਵੀ ਉੱਥੇ ਸਾਰੇ ਇਕੱਠੇ ਹੋ ਗਏ ਨਾ ਉੱਥੇ ਘਰੋਂ ਕਿਹੜੀ ਕਿਹੜੀ ਚੀਜ਼ ਨਾਲ ਚੱਕੀ ਘਰੋਂ ਕੁਛ ਵੀ ਚੱਕਿਆ ਅਸੀਂ ਕੁਛ ਨੀ ਚੱਕਿਆ ਅਸੀਂ ਉਸਦੇ ਲਈ ਇੱਕ ਏਡਾ ਕੁ ਡੱਬਾ ਹਮੋਠਾ ਡੱਬੇ ਨੇ ਸਿਲਵਰ ਦਾ ਡੱਬਾ ਉਹ ਹੀ ਲੈ ਕੇ ਘਰੋਂ ਆ ਗਏ ਉਹਦੇ ਹੀ ਪਾਣੀ ਪੀਣਾ ਉਹਦੇ ਵਿੱਚ ਹੀ ਹਰ ਚੀਜ਼ ਸਾਡੇ ਬਣਾਉਣਾ ਉੱਥੇ ਬਣਾਉਣਾ ਪੈ ਕੁਛ ਨੀ ਚੱਕ ਕੇ ਲਿਆਏ ਉਹ ਜੀ ਹੈ ਨਾ ਇੱਕ ਥਾਂ ਇਹ ਉਹ ਮਾਈ ਜਾਗਾ ਤਾਂ ਮਾਂ ਬਾਬਾ ਕੁਛ ਜਾ ਸਕਦਾ ਇੱਕ ਥਾਂ ਇੱਦਾਂ ਆਹ ਦਰਵਾਜ਼ਾ ਹੋਵੇ ਖੋਲਿਆ ਤੇ ਇੱਕ ਦਰਵਾਜ਼ਾ ਦੋਵੇਂ ਖੋਲ ਲਏ ਇੱਥੇ ਆਰਾਮ ਕਰ ਲਏ ਇੱਥੇ ਆਰਾਮ ਕਰ ਲਏ ਇੱਥੇ ਬਹਿ ਗਏ ਸਾਰੇ ਇਕੱਠੇ ਹੋ ਗਏ ਜਦੋਂ ਕੱਢਿਆ ਚੰਗਾ ਇੱਕ ਦਰਵਾਜ਼ਾ ਬੰਦ ਕਰ ਲਿਆ ਇੱਕ ਦਰਵਾਜ਼ਾ ਜਿਹੜਾ ਉਹ ਖੋਲ ਦਿੱਤਾ ਉਹ ਜਿਹੜੇ ਦੂਏ ਸੀਗੇ ਮੁੰਡੇ ਬੰਦੇ ਉਹ ਹੈ ਨਾ ਸਾਡੇ ਵਰਗੀਆਂ ਜਵਾਨ ਜਵਾਨ ਸੋਹਣੇ ਸੋਹਣੇ ਕੁੜੀਆਂ ਫੜ ਫੜ ਕੇ ਇੱਕ ਪਾਸੇ ਬਹਾਈਆਂ ਅੱਛਾ ਉਹ ਰੱਖਣੀਆਂ ਸੀ ਉਹ ਬਹਾਈਆਂ ਮਾਈ ਸਹਿਰਾ ਇੱਦਾਂ ਸਾਡੇ ਪਿੱਛੇ ਮਾਈ ਚਾਹਗਾ ਮੀ ਬਾਬਾ ਵੀ ਜਦੋਂ ਉਹ ਹੋਣਾ ਅਸੀਂ ਮੇਰੀ ਅੰਮੀ ਮੈਨੂੰ ਉਂਗਲੀ ਲਗਾਇਆ ਉਹ ਛੋਟੀ ਕੁੜੀ ਉਹਨੂੰ ਪੁੱਛਣ ਚੱਕਿਆ ਲੰਘਾ ਲੱਗੀ ਤੇ ਇੱਕ ਕੁੜੀ ਨੇ ਤੇਰੇ ਵਰਗੀ ਨੇ ਪੱਲਾ ਫੜ ਲਿਆ ਸਾਨੂੰ ਰੱਖਣ ਲਈ ਵੀ ਰੱਖੋ ਪੱਲਾ ਫੜ ਲਿਆ ਮੇਰੀ ਅੰਮੀ ਚੰਗਾ ਛਡਾਵੇ ਉਹ ਚੰਗਾ ਨਾ ਛੱਡੇ ਜਦੋਂ ਚੰਗਾ ਨਾ ਛੱਡੇ ਤਾਂ ਮਾਈ ਸਹਿਰਾ ਪਿੱਛੋਂ ਹੋਣਾ ਦਾਦੀ ਨੇ ਨਾ ਲਾ ਕੇ ਸਾਰਾ ਸਿਰ ਤੋਂ ਚੰਗਾ ਤੇ ਫੜ ਲਈ ਉਹਨੂੰ ਫੜਾ ਤਾ ਤਾਂ ਅੰਮੀ ਮੇਰੇ ਧੱਕਾ ਦੇ ਤੇ ਕਈ ਗਾਹ ਨੀ ਤੋਰਦੀ ਸਾਨੂੰ ਲੰਘਣ ਨੀ ਦਿੰਦੀ ਉੱਥੇ ਆ ਕੇ ਕਹੀ ਅੰਮੀ ਮੇਰੀ ਔਰ ਵੀ ਨੀਂਦਾਂ ਜਾ ਕੇ ਭੁੰਜੀ ਦੇਖ ਪਈ ਬਾਹਰਲੇ ਪਾਸੇ ਆ ਨਾਲ ਮੈਂ ਉਹ ਬਾਬਾ ਤੂੰ ਲੱਗਵਾ ਉਹ ਸਾਫਾ ਸਿਰ ਤੋਂ ਲੱਗ ਲਿਆ ਦੀਦੀ ਆ ਕੇ ਅੱਗੇ ਲੈਣਾ ਜਦੋਂ ਆ ਗਿਆ ਤਾਂ ਉੱਥੇ ਤੁਸੀਂ ਨਹੀਂ ਜਾ ਰਹੇ ਨਾਲ ਲਾ ਕੇ ਉਹ ਬੰਦਾ ਨਾ ਘਰ ਦਿੰਦੇ ਕਿ ਨਹੀਂ ਤਾਂ ਉਹ ਆ ਇੱਥੇ ਰਹਿੰਦੇ ਸੀਗੇ ਆਹ ਜਿੱਥੇ ਹੁਣ ਸ਼ਾਲੀਆ ਵੀ ਆਈ ਹੈ ਚੱਲੋ ਉਹ ਫਤਿਹ ਉਹ ਇਹ ਗਾਂ ਉਹਨਾਂ ਨੇ ਘਰ ਸੀ ਜਾਣਾ ਉੱਥੇ ਚਲੇ ਗਏ ਮਗਰ ਬਾਈ ਮੇਰੇ ਆ ਗਏ ਕਹਿੰਦੇ ਸਾਨੂੰ ਹਨਾ ਹੌਲੀ ਹੌਲੀ ਤੁਰਿਆ ਉਹ ਜਿਹੜਾ ਗੰਦੀ ਮਸ਼ੀਨ ਹੁੰਦਾ ਉਹ ਕਹਿੰਦਾ ਕੌਣ ਆ ਰਿਹਾ ਬਖਸ਼ਾ ਉਹ ਆ ਇੱਥੇ ਹੀ ਵੇਖ ਲਾ ਗਿਆ ਤੇਰਾ ਤੇ ਤੇ ਵਿਲਕਲਾ ਗਿਆ ਬੁੜਾ ਕਹਿੰਦਾ ਹਾਂ ਇਹ ਮੇਰਾ ਆਲਾ ਬਖਸ਼ੇ ਕੀ ਆਵੇ ਤੇ ਉਹਦਾ ਖਿਆਲ ਰੱਖੀ ਆ ਉਹਦਾ ਖਿਆਲ ਰੱਖੀ ਉਹਨੂੰ ਮੈਨੂੰ ਹੁਣ ਸਰ ਮੈਨੂੰ ਮਾਰ ਦੋ ਦਾ ਵੀ ਇੱਥੇ ਇੱਥੇ ਅੱਛਾ ਬਹਿ ਗਿਆ ਕਹਿੰਦਾ ਉਹ ਰਾਤ ਨੰਗੀ ਦਾ ਬਹਿ ਗਿਆ ਤੇ ਦਿਨ ਚੜ ਗਿਆ ਕਹਿੰਦਾ ਮੁੰਡੇ ਨੂੰ ਕੋਈ ਨਾ ਕਰਦਾ ਤੇਰੇ ਨਾਲ ਤੇ ਤੈਨੂੰ ਕਿੱਥੇ ਦਿਨ ਕਹਿੰਦਾ ਮੈਂ ਕਹਿੰਦਾ ਨਾ ਮੁੰਡੇ ਨਾਲ ਰਾਜ ਸਿੱਖ ਪੱਠੇ ਮਾਰ ਰਹੇ ਅੱਛਾ ਤੇ ਆਪ ਛੱਡ ਕੇ ਆ ਕੇ ਮੈਨੂੰ ਆਪ ਛੱਡ ਕੇ ਆ ਫਿਰ ਆਪ ਤੇ ਰਾਜ ਸਿੱਖ ਹੈ ਨਾ ਚੀੜੀਆਂ ਮਾਂ ਨੂੰ ਮੂਸਲਾ ਕੇ ਨਹੀਂ ਮੂਸਲਾ ਜਾਂਦਾ ਆਹੋ ਕਹਿੰਦਾ ਤੂੰ ਚੁੱਪ ਕਰਕੇ ਤੁਰ ਆ ਇਹ ਹੈ ਨਾਉ ਕੇ ਨਾ ਰਾਜ ਕੇ ਉਹ ਨਾ ਕੌਣ ਸੀ ਜਿਹੜੀ ਉੱਥੇ ਇਹਨਾਂ ਦੀ ਭੈਣ ਰਹਿ ਗਈ ਸੀ ਤਾਂ ਫਿਰ ਉੱਥੇ ਹੀ ਫੌਤ ਹੋ ਗਈ ਸੀ ਕੈਂਪ ਦੇ ਵਿੱਚ ਕੌਣ ਜਿਹੜੀ ਨਹੀਂ ਏਦਾਂ ਤੁਰ ਨਹੀਂ ਸੀ ਸਕਦੀ ਅੱਬੇ ਉਹਨਾਂ ਦੀ ਭੈਣ ਅੱਬੇ ਉਹਨਾਂ ਦੀ ਭੈਣ ਉਹ ਅੱਬੇ ਖੁਸ਼ੀ ਮਸਤਾਨੀ ਸੀ ਮਸਤਾਨੀ ਸੀ ਉਹਨੂੰ ਇਹ ਬਾਬਾ ਤੁਸੀਂ ਛੱਡ ਕੇ ਨਾ ਜਿੱਥੇ ਏਦਾਂ ਇੱਕ ਕਮਰੇ ਦੇ ਵਿੱਚ ਏਦਾਂ ਨਹੀਂ ਲੂਣੇ ਪਾਵੇ ਜਾਂ ਖੇਰ ਹੁੰਦੇ ਸੀ ਉੱਥੇ ਛੱਡ ਆਇਆ ਛੱਡ ਕੇ ਤਾਂ ਆ ਗਿਆ ਫਿਰ ਕਹਿੰਦਾ ਮੈਂ ਦੂਜੇ ਦਿਨ ਗਿਆ ਤੈਂ ਮੱਖੀਆਂ ਭੇਣ ਕਰਨ
ਉਹ ਤਾਂ ਡਰਦੇ ਨਾ ਆਈ ਬਸ ਇੰਨੀ ਉਹ ਡਰਦੀ ਸੀ ਮਰਦੀ ਸੀ ਕੈਂਪ ਦੇ ਵਿੱਚ ਉੱਥੇ ਅੰਦਰੇ ਬਸ ਉੱਥੋਂ ਡਰਦੀ ਹੁਣ ਨਾ ਕੋਈ ਤੇ ਸਾਡੇ ਮੇਰੀ ਛੋਟੀ ਭੈਣ ਜਿਹੜੀ ਤੁਰੇ ਆਈਏ ਅਸੀਂ ਇੰਨਾ ਮੈਨੂੰ ਦੇਖ ਲਿਆ ਚੇਤਾ ਵਾ ਤੁਰੇ ਆਈਏ ਨਹੀਂ ਮੈਨੂੰ ਕਿਸੇ ਵੇਲੇ ਮਿੱਟੀ ਦੀ ਮੁੱਠ ਵੀ ਨਹੀਂ ਮੁਸੀਬਤ ਹੁੰਦੀ ਤੁਰੇ ਆਈਏ ਤੇ ਉਹ ਮਰੀ ਮੇਰੇ ਅੱਬੇ ਨੇ ਦਹਨ ਮੁੰਡੇ ਲਾਏ ਤਾਂ ਅਸੀਂ ਤੁਰੇ ਆਈਏ ਇੱਕ ਊਠੇ ਮਾਈ ਵੇਖੀ ਊਠ ਉਹਦਾ ਬੰਦਾ ਫੜੀ ਜਾਵੇ ਤਾਂ ਵੇਖੀ ਊਠੇ ਊਠ ਲੈ ਕਹਿੰਦੀ ਆ ਬੱਚਾ ਇਹਨੂੰ ਹੁਣ ਹਨਾ ਦਿਖਲਾ ਲਈ ਮਿੱਟੀ ਨੂੰ ਚੱਕੀ ਜਾਂਦਾ ਕਹਿੰਦਾ ਹਾਂ ਚੁੱਠੀ ਦਿਖਲਾ ਕੁਛ ਮੈਨੂੰ ਦਿਸਦਾ ਹੈ ਨਾ ਇੱਕ ਗੱਡੀ ਅੱਜ ਦਫ਼ਨ ਬਜਰੀ ਨਹੀਂ ਲਾ ਆਪਣੇ ਲੋਕਾਂ ਨੇ ਸਿੱਟੀ ਵੇਚਣ ਇਸ ਬਜਰੀ ਦਾ ਢੇਰ ਛੜਕ ਰੱਖਿਆ ਲਗਾਇਆ ਛੜਕੇ ਇੱਕ ਤੁਰ ਆਈ ਬਜਰੀ ਦਾ ਢੇਰ ਲੱਗਾ ਆਪਣਾ ਸਾਫਾ ਲਾਇਆ ਉਹਦੇ ਚ ਰੇਟੀ ਬੱਚੀ ਬਜਰੀ ਚ ਰੇਟੀ ਮਿੱਟੀ ਨੂੰ ਮੁੱਠ ਵੀ ਨਹੀਂ ਦੇਖ ਲਿਆ ਮੁਸੀਬਤ ਇੱਕ ਪਹਿਲੇ ਵਾਰ ਗਈ ਸੀ ਇੱਥੇ ਜਿਹੜੇ ਤਾਇਆ ਕਿੱਦਾਂ ਸੀ ਤਾਇਆ ਸ਼ਰੀਫ ਤੁਹਾਨੂੰ ਹੈ ਤਾਇਆ ਸ਼ਰੀਫ ਕਿੱਦਾਂ ਸੀਗਾ ਤਾਇਆ ਸ਼ਰੀਫ ਮੈਂ ਕਿਹਾ ਕਿੱਦਾਂ ਸੀਗਾ ਜਦੋਂ ਤਾਇਆ ਸ਼ਰੀਫ ਕਰੋ ਉਹ ਤਾਂ ਇੱਧਰ ਆ ਗਈ ਕਿਤੇ ਉਮਰ ਸੀ ਇੱਧਰ ਆ ਕੇ ਦੂਏ ਸਾਲ ਤਾਂ ਪੈਦਾ ਹੋਇਆ ਅੱਛਾ ਅੱਛਾ ਸਾਲ ਬਾਅਦ ਇੱਧਰ ਆ ਕੇ ਬਸਤੀ ਵਾਲੇ ਹਾਕੇ ਚ ਹੁੰਦੇ ਸੀ ਉੱਥੇ ਨਹੀਂ ਹੋਸ਼ ਸੀ ਚੰਗੀ ਭਣੀ ਏਦਾਂ ਹੀ ਗਰੀਬੀ ਹਾਲਤ ਤੇ ਇਹ ਅੱਬੇ ਖੁਸ਼ੀ ਹੋਣੀ ਇਹ ਸਾਰੇ ਮਤਲਬ ਘਰੋਂ ਇੱਦਾਂ ਇਕੱਠੇ ਹੋ ਕੇ ਨਹੀਂ ਸੀ ਨਹੀਂ ਇਕੱਠੇ ਹੋ ਤੈਨੂੰ ਮੈਂ ਕੀ ਰੱਖਣੀ ਆ ਇਕੱਠੇ ਹੋ ਕੋਈ ਇਹ ਕੱਢਾ ਉਹ ਭੂਆ ਮਲੰਗਣੀਆਂ ਮੁੰਡੇ ਨੇ ਚੱਕੀ ਤਾਂ ਇੱਥੇ ਲੱਕ ਨੂੰ ਕਹਿੰਦਾ ਹੋਇਆ ਜੇ ਫਿਰ ਬੰਦਾ ਆ ਟਾਹਲੀ 'ਚ ਚੜਿਆ ਆ ਥੱਲੇ ਬਾਰਿਸ਼ ਹੋਈ ਸੀ ਤਾਂ ਟਾਹਲੀਆਂ 'ਚ ਬਾਰਿਸ਼ਾਂ ਬਹੁਤ ਹੋਈਆਂ ਸੀ ਉਦੋਂ ਬਾਦਸ਼ਾਹ ਜਾਨਵਰ ਰੂਹ ਰੂਹ ਹੁੰਦੇ ਹੁੰਦੇ ਸੀ ਬਾਦਸ਼ਾਹ ਤੇ ਤਾਂ ਇਹ ਕਹਿੰਦਾ ਮੈਂ ਟਾਹਲੀ 'ਤੇ ਦੋ ਦਿਨ ਕਹਿੰਦਾ ਮੈਂ ਟਾਹਲੀ 'ਤੇ ਤਾਂ ਉਹ ਬੰਦਾ ਫਿਰ ਉੱਥੇ ਉੱਤਰ ਗਿਆ ਬੜੇ ਵਕਤਾਂ ਦੇ ਨਾਲ ਉਹ ਕਹਿੰਦਾ ਸੀ ਉਹ ਦੇਵ ਵੀ ਬੜੇ ਵਕਤਾਂ ਨਾਲ ਹੀ ਆਇਆ ਸੀ ਸਾਡੇ ਤਾਂ ਕੁਛ ਵੀ ਨਹੀਂ ਚੱਕਿਆ ਸੀ